ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਜਿਨ੍ਹਾਂ ਦਾ ਦਿਲੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪਿਆਰ ਹੋਵੇ, ਅਸਲ ਦੇ ਵਿੱਚ ਉਹ ਹੀ ਸੱਚੇ ਨੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ, ਤੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੋਵੇ ਤੇ ਮੁਖ ਦੇ ਵਿੱਚ ਕੁਝ ਹੋਰ ਹੋਵੇ, ਉਹਨਾਂ ਨੂੰ ਸਤਿਗੁਰੂ ਜੀ ਦੇ ਬਾਣੀ ਨੇ ਕੱਚਿਆਂ ਕਿਹਾ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਪਿਆਰ ਰੱਖਣ ਵਾਲੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦਾ ਪਿਆਰ ਪੈਦਾ ਹੋ ਗਿਆ ਹੋਵੇ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ, ਜਿਨ੍ਹਾਂ ਨੂੰ ਰੱਬ ਜੀ ਦਾ ਨਾਮ ਭੁੱਲ ਗਿਆ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਭੁੱਲ ਗਈ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਭੋਏ ਦਾ ਅਰਥ ਹੁੰਦਾ ਜ਼ਮੀਨ, ਐਸੇ ਲੋਕੀ ਜ਼ਮੀਨ ਦੇ ਉੱਤੇ ਭਾਰ ਨੇ, ਇਹੋ ਜਿਹੇ ਜੀਵਾਂ ਦਾ ਸੰਸਾਰ ਵਿੱਚ ਆਉਣ ਦਾ ਕੋਈ ਲਾਭ ਨਹੀਂ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਭੁਲਾ ਦਿੱਤਾ ਹੋਵੇ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਮਿਲ ਲਾਏ। ਜਿਵੇਂ ਕਿਸੇ ਨੂੰ ਇਹੋ ਜਿਹਾ ਰੋਗ ਲੱਗ ਗਿਆ ਹੋਵੇ ਜਿਹੜਾ ਕਦੇ ਠੀਕ ਹੀ ਨਾ ਹੁੰਦਾ ਹੋਵੇ, ਅਸਾਧ ਰੋਗ ਉਪਜਿਓ ਤਨ ਭੀਤਰ, ਤਰਤ ਨਾ ਕਾਹੂ ਟਾਰਿਓ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਮਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋ। ਅੱਜ ਦੀ ਸਾਧ ਸੰਗਤ ਜੀ ਜਿਹੜੀ ਸਾਡੀ ਇਹ ਕਵਿਤਾ ਹੈ, ਜਿਹੜਾ ਛੰਦ ਹੈ, ਇਹ ਇਸੇ ਵਿਸ਼ੇ ਦੇ ਨਾਲ ਸੰਬੰਧ ਰੱਖਦਾ ਹੈ। ਜਿਵੇਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਤੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਕੇਂਦਰੀ ਭਾਵ, ਸੈਂਟਰਲ ਆਈਡੀਆ ਹੈ, ਉਹ ਹੈ ਕਿਵ ਸਚਿਆਰਾ ਹੋਈ ਹੈ, ਅਸੀਂ ਸਚਿਆਰ ਕਿਵੇਂ ਹੋਈ। ਸਾਰੀ ਗੁਰਬਾਣੀ ਵਿੱਚ ਸਾਨੂੰ ਇਹੋ ਹੀ ਸਮਝਾਇਆ ਗਿਆ, ਅਸੀਂ ਝੂਠੇ ਹਾਂ, ਅਕਾਲ ਪੁਰਖ ਵਾਹਿਗੁਰੂ ਜੀ ਸੱਚੇ ਨੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਸਾਡੇ ਵਿੱਚ ਤੇ ਵਾਹਿਗੁਰੂ ਜੀ ਦੇ ਵਿੱਚ ਜਿਹੜੀ ਝੂਠ ਦੀ ਕੰਧ ਆ ਉਹ ਕਿਵੇਂ ਦੂਰ ਹੋ। ਵੈਸੇ ਵਾਹਿਗੁਰੂ ਜੀ ਸਾਡੇ ਤੋਂ ਕੋਈ ਦੂਰ ਨਹੀਂ ਹਨ, ਸਾਡੇ ਵਿੱਚ ਤੇ ਵਾਹਿਗੁਰੂ ਜੀ ਦੇ ਵਿੱਚ ਕਿੰਨੀ ਕੁ ਦੂਰੀ ਹੈ। ਗੁਰਬਾਣੀ ਵਿੱਚ ਜ਼ਿਕਰ ਆਇਆ ਹਉ ਹਉ ਭੀਤ ਭੈਉ ਹੈ ਬੀਚੋ, ਭੀਤ ਦਾ ਅਰਥ ਵੀ ਕੰਧ ਹੈ। ਸੁਣਤ ਦੇਸ਼ ਨਿਕਟ ਆਇਓ, ਰੱਬ ਜੀ ਦਾ ਦੇਸ਼ ਸਾਡੇ ਨੇੜੇ ਹੀ ਹੈ। ਪਾਂ ਭੀਰੀ ਕੇ ਪਾਤ ਪਰਦੋ, ਬਿਨ ਪੇਖੇ ਦੂਰ ਆਇਓ। ਕਿੰਨੀ ਦੂਰੀ ਹੈ, ਜਿਵੇਂ ਛੱਪੜਾਂ ਦੇ ਕੰਢਿਆਂ ਦੇ ਉੱਤੇ ਉੱਡਣ ਵਾਲੀਆਂ ਭੰਭੀਰੀਆਂ ਹੁੰਦੀਆਂ ਨੇ, ਮੱਖੀਆਂ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਖੰਭ ਹੁੰਦੇ ਨੇ ਉਹ ਟ੍ਰਾਂਸਪੇਰੈਂਟ ਹੁੰਦੇ ਨੇ, ਪਰ ਬਹੁਤ ਪਤਲੇ ਜਿਹੇ ਹੁੰਦੇ ਨੇ।
ਸਾਡੇ ਵਿੱਚ ਤੇ ਵਾਹਿਗੁਰੂ ਜੀ ਦੇ ਵਿੱਚ ਬਸ ਇੰਨਾ ਕੀ ਫਰਕ ਆ ਤੇ ਸਾਨੂੰ ਵਾਹਿਗੁਰੂ ਜੀ ਦੂਰ ਕਿਉਂ ਦਿਖਾਈ ਦਿੰਦੇ ਨੇ? ਕਿਉਂਕਿ ਸਾਡੀ ਨੀਤ ਸਾਫ਼ ਹੈ ਨਹੀਂ, ਸਾਡੇ ਮਨ ਦੇ ਅੰਦਰ ਵਿਕਾਰ ਭਰੇ ਹੋਏ ਨੇ। ਗੁਰਬਾਣੀ ਵਿੱਚ ਇਹ ਵੀ ਜ਼ਿਕਰ ਆਇਆ, ਨਾਨਕ ਸੇ ਅੱਖੜੀਆਂ ਬਿਆਨ, ਅੱਖੜੀਆਂ ਦਾ ਮਤਲਬ ਸਾਡੀਆਂ ਅੱਖਾਂ, ਬਿਆਨ ਦਾ ਮਤਲਬ ਕੋਈ ਹੋਰ ਕੋਈ ਦੂਸਰੀਆਂ, ਜਿੰਨੀ ਦਿਸੰਦੋ ਮਾ ਪੀਰੀ, ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਿਰ ਅਕਾਲ ਪੁਰਖ ਵਾਹਿਗੁਰੂ ਨਜ਼ਰ ਆਵੇ, ਉਹ ਅੱਖਾਂ ਇਹ ਨਹੀਂ, ਉਹ ਅੱਖਾਂ ਕੋਈ ਹੋਰ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਡੇ ਮਨਾਂ ਦੇ ਵਿੱਚੋਂ ਵਿਕਾਰਾਂ ਦੀ ਮੈਲ ਲੱਥ ਜਾਵੇ, ਅਸੀਂ ਨਿਰਮਲ ਸਾਫ ਸ਼ੁੱਧ ਹੋ ਜਾਈਏ, ਤਾਂ ਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲ ਸਕਦੇ ਹਾਂ। ਤੇ ਕਿਵੇਂ ਲੋਕਾਈ ਨੂੰ ਪੰਡਿਤ ਲੋਕਾਂ ਨੇ, ਪੁਜਾਰੀਆਂ ਨੇ ਵਹਿਮਾਂ ਭਰਮਾਂ ਦੇ ਵਿੱਚ ਪਾਇਆ ਹੋਇਆ ਸੀ, ਰੱਬ ਤੋਂ ਡਰਾਇਆ ਹੋਇਆ ਸੀ, ਰੱਬ ਜੀ ਦੇ ਕੋਲੋਂ ਡਰਾ ਕੇ ਆਮ ਲੋਕਾਈ ਨੂੰ ਲੁੱਟਦੇ ਸਨ। ਅੱਜ ਦੇ ਛੰਦ ਵਿੱਚ ਜ਼ਿਕਰ ਆ ਰਿਹਾ, ਸਾਡੀ ਨੀਤ ਸਾਫ਼ ਹੋਣੀ ਚਾਹੀਦੀ, ਤਾਂ ਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲ ਸਕਦੇ ਹਾਂ। ਇਸ ਤਰ੍ਹਾਂ ਸਾਧ ਸੰਗਤ ਜੀ ਜ਼ਿਕਰ ਕੀਤਾ ਜਾ ਰਿਹਾ ਹੈ। ਨਾ ਰੱਬ ਵਸਦਾ ਵਿੱਚ ਮੰਦਰਾਂ ਦੇ, ਨਾ ਵਿੱਚ ਮਸ ਵਸੇ ਮਸੀਤਾਂ, ਬੁਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਸਾਹ ਜਨਾ ਦੀਆਂ ਨੀਤਾਂ। ਰੱਬਾ ਇਹ ਦੁਨੀਆ ਤੇਰੀ ਕਰਦੀ ਹੈ ਹੇਰਾ ਫੇਰੀ, ਅੱਜ ਦਿਆਂ ਸੱਜਣ ਠੱਗਾਂ ਹੰਸਾਂ ਵਿੱਚ ਵੜ ਕੇ ਬੱਗਾਂ, ਵੱਖੋ ਵੱਖ ਨੇ ਚਲਾਇਆ ਰੀਤਾਂ, ਉਹਨਾਂ ਦੇ ਤਾਈ ਰੱਬ ਮਿਲਦਾ ਸਾਫ, ਬੁੱਲਿਆ ਜਿਨ੍ਹਾਂ ਦੀਆਂ ਨੀਤਾਂ, ਉਹਨਾਂ ਦੇ ਤਾਈ ਰੱਬ ਮਿਲਦਾ। ਹੋ ਪੰਡਿਤ ਨੇ ਬੁੱਲਿਆ ਚੜਦਾ ਲੈਂਦੇ ਨੂੰ ਕਾਜੀ ਪੜਦਾ, ਕੋਈ ਪਹਾੜੀ ਦੱਸੇ ਆਖੇ ਕੋਈ ਦੱਖਣ ਵਸੇ, ਮਲ ਬੈਠ ਗਏ ਬੱਕਰੀਆਂ ਬਾਈਆਂ, ਸਪਨਾ ਦਾ ਦਾਤਾ ਇੱਕ ਹੈ ਵੰਡਾ, ਰੱਬ ਦੇ ਪੁਜਾਰੀਆਂ ਨੇ ਪਾਈਆਂ, ਸਪਨਾ ਦਾ ਰੱਬ ਇੱਕ ਹੈ। ਭੁੱਲ ਗਿਆ ਰੱਬ ਜਦ ਹਰ ਨਾਖਸ਼, ਡਟ ਗਿਆ ਫਿਰ ਰੱਬੀ ਆਸ਼ਕ, ਪਾਪੀ ਨੇ ਥੰਮ ਤਪਾਏ ਭਗਤ ਹੱਸ ਜਫੀਆਂ ਪਾਏ, ਗਈਆਂ ਪਰਖੀਆਂ ਸੀ ਸੱਚੀਆਂ ਪਰੀਤਾਂ, ਉਹਨਾਂ ਦੇ ਤਾਈ ਰੱਬ ਮਿਲਦਾ ਸਾਫ, ਬੁੱਲਿਆ ਜਿਨ੍ਹਾਂ ਦੀਆਂ ਨੀਤਾਂ, ਉਹਨਾਂ ਦੇ ਤਾਈ ਰੱਬ ਮਿਲਦਾ। ਹੋ ਪੰਡਿਤ ਨੇ ਮੁੱਲਿਆ ਚੜਦਾ ਰਹਿੰਦਾ ਨੂੰ ਕਾਰੀ ਪੜਦਾ, ਉਹ ਲੈਂਦੇ ਨੂੰ ਕਾਰੀ ਪੜਦਾ, ਕੋਈ ਪਹਾੜੀ ਦੱਸੇ ਆਖੇ ਕੋਈ ਦੱਖਣ ਵਸੇ, ਮਲ ਬੈਠ ਗਏ ਬੱਕਰੀਆਂ ਬਾਈਆਂ, ਸਪਨਾ ਦਾ ਦਾਤਾ ਇੱਕ ਹੈ ਵੰਡਾ, ਰੱਬ ਦੇ ਪੁਜਾਰੀਆਂ ਨੇ ਪਾਈਆਂ, ਸਪਨਾ ਦਾ ਰੱਬ ਇੱਕ ਹੈ। ਭੁੱਲ ਗਿਆ ਰੱਬ ਜਦ ਹਰ ਨਾਖਸ਼, ਡਟ ਗਿਆ ਫਿਰ ਰੱਬੀ ਆਸ਼ਕ, ਪਾਪੀ ਨੇ ਥੰਮ ਤਪਾਏ ਭਗਤ ਹੱਸ ਜਫੀਆਂ ਪਾਏ, ਗਈਆਂ ਪਰਖੀਆਂ ਸੀ ਸੱਚੀਆਂ ਪਰੀਤਾਂ, ਉਹਨਾਂ ਦੇ ਤਾਈ ਰੱਬ ਮਿਲਦਾ ਸਾਫ, ਬੁੱਲਿਆ ਜਿਨ੍ਹਾਂ ਦੀਆਂ ਨੀਤਾਂ, ਉਹਨਾਂ ਦੇ ਤਾਈ ਰੱਬ ਮਿਲਦਾ। ਉਹ ਨਾਨਕ ਜੀ ਕਹਿ ਨਿਰੰਕਾਰ, ਪੰਡਿਤ ਕਹਿ ਰਾਮ ਉਚਾਰ, ਮੋਮਨ ਸਭ ਕਹਿੰਦੇ ਅੱਲਾ, ਮਨ ਨੂੰ ਨਾ ਹੋਏ ਤਸੱਲਾ, ਗਾਉਣ ਉਸੇ ਤਾਈ ਆਖਿਆ ਈਸਾਈਆਂ, ਸਭਨਾ ਦਾ ਦਾਤਾ ਇੱਕ ਹੈ ਵੰਡਾ,
ਵਿੱਚ ਸੋਚ ਦੜਾਵੇ ਦੂਈ ਨਾ ਮਨ ਨੂੰ ਭਾਵੇ ਅੰਨਾ ਹੋ ਗਿਆ ਫਿਰ ਅੱਖਾਂ ਚ ਸੋਰੀਤਾ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਦੱਸਦੇ ਪਈ ਚਾਲ ਵਗੈਰਾ ਤਾਂਬੇ ਤੋਂ ਮੰਗਣ ਕਹਿਣਾ ਬਿਰਲੇ ਪਾਪੀਆਂ ਨੇ ਗੋਗੜਾ ਵਧਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪੁਜਾਰੀਆਂ ਨੇ ਪਾਈਆਂ ਵਾ ਸਭਨਾ ਦਾ ਦਾਤਾ ਇੱਕ ਹੈ ਆਇਆ ਜਾ ਕ੍ਰਿਸ਼ਨ ਮੁਰਾਰੀ ਲਾਇਆ ਨਾ ਮੂੰਹ ਹੰਕਾਰੀ ਬਿਦਰ ਦਾ ਸਾਗ ਲੂਣਾ ਖਾਦਾ ਰਜ ਰਜ ਕੇ ਦੂਣਾ ਰੱਬ ਪਾਉਣਾ ਕਿੱਥੋਂ ਪਾਂਬਰਾਂ ਪਲੀਤਾ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਥਾਂ ਥਾਂ ਤੇ ਵੱਧ ਕੇ ਡੇਰੇ ਬਹੁਰਾ ਜਗ ਫਿਰੇ ਹਨੇਰੇ ਵੱਧ ਕੀ ਹੈ ਅੰਨੀ ਸ਼ਰਧਾ ਐਸੀ ਜਗ ਪੂਜਾ ਕਰਦਾ ਕਈਆਂ ਬਾਬਿਆਂ ਨੂੰ ਤੀਵੀਆਂ ਚੜਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪੁਜਾਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਤੰਨੇ ਨਾਲ ਮਾਰੀ ਠੱਗੀ ਦੇ ਕੇ ਪਸੇਰੀ ਵੱਡੀ ਪੰਡਤ ਕਰ ਹੇਰਾ ਫੇਰੀ ਲੈ ਗਿਆ ਸੀ ਗਊ ਲਵੇਰੀ ਪਾਇਆ ਪੱਥਰ ਚੋਂ ਤੰਨੇ ਜੈ ਪੁਨੀਤਾ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਹੋ ਜਾਪ ਸਭ ਪੜ ਲੈ ਸਾਰਾ ਏਕੇ ਤੂੰ ਹੋਇਆ ਪਸਾਰਾ ਸੈਂਕੜੇ ਨਾਮ ਬਤਾਵੇ ਏਕੇ ਵਿੱਚ ਫੇਰ ਸਮਾਵੇ ਗੱਲਾਂ ਦਸਵੇਂ ਗੁਰਾਵੇਂ ਸਮਝ ਆਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪੁਜਾਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਘੱਟ ਘੱਟ ਵਿੱਚ ਵਸਣ ਵਾਲਾ ਹਰ ਇੱਕ ਵਿੱਚ ਹੱਸਣ ਵਾਲਾ ਬੁੱਲੇ ਜਦ ਅੰਦਰੋਂ ਪਾਇਆ ਉੱਚੀ ਉਸ ਆਖ ਸੁਣਾਇਆ ਨਾ ਉਹ ਮੰਦਰ ਚ ਵਸੇ ਨਾ ਮਸੀਤਾ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਹੋ ਦੁਨੀਆਂ ਹੈ ਭੋਲੀ ਸਾਰੀ ਲੁੱਟਣ ਖਲੋ ਪਈ ਵਿਚਾਰੀ ਮੂਰਖ ਨੇ ਬਣੇ ਗਿਆਨੀ ਅੰਨੇ ਕਈ ਬਣੇ ਧਿਆਨੀ ਤੀਨ ਕਾਲ ਦੀਆਂ ਖਬਰਾਂ ਸੁਣਾਈਆਂ ਸਭਨਾ ਦਾ ਰੱਬ ਇੱਕ ਹੈ ਵੰਡਾ ਰੱਬ ਦੇ ਪੁਜਾਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਖਾ ਖਾ ਕੇ ਰਿਸ਼ਵਤ ਖੋਰੀ ਭਰ ਲਿਆ ਢਿੱਡ ਵਾਂਗ ਬੋਰੀ ਕਰ ਕਰਕੇ ਘਪਲੇ ਬਾਜੀ ਹੋਇਆ ਮਨ ਅਜੇ ਨਾਰਾਜੀ ਮੋਹ ਮਾਇਆ ਨਾਲ ਲੱਗੀਆਂ ਪਰੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਹਲਾ ਵੀ ਨਾਮ ਧਿਆਲੇ
ਸਫਲ ਬਣਾ ਦੇ ਆਉਣਾ ਹੈ ਦੂਜੀ ਵਾਰੀ ਛੱਡ ਦੇ ਸਭ ਹੇਰਾ ਫੇਰੀ ਗੱਲਾਂ ਸੱਚ ਜਰਨੈਲ ਨੇ ਸੁਣਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪੁਜਾਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਸੰਗਤ ਜੀ ਇਸ ਛੰਦ ਦੇ ਵਿੱਚ ਇੱਕ ਪੰਕਤੀ ਆਈ ਹੈ ਭਗਤ ਧੰਨਾ ਜੀ ਦਾ ਉਹਦੇ ਵਿੱਚ ਜ਼ਿਕਰ ਆਇਆ ਕਿ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਦੀ ਪ੍ਰਾਪਤੀ ਕਰ ਲਈ ਅਗਰ ਅਸੀਂ ਇਸ ਗੱਲ ਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਲਾ ਕੇ ਪਰਖੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਨੇ ਕਈ ਥਾਵਾਂ ਦੇ ਉੱਤੇ ਲਿਖਿਆ ਪਾਹਣ ਨਾ ਕਿਛ ਬੋਲੇ ਨਾ ਕਿਛ ਦੇ ਫੋਕਟ ਕਰਮ ਨੇ ਫਲ ਹੈ ਸੀ ਜਿਹੜਾ ਪੱਥਰ ਆ ਨਾ ਉਹ ਬੋਲਦਾ ਤੇ ਨਾ ਕਿਸੇ ਨੂੰ ਕੁਝ ਦੇ ਸਕਦਾ ਏਕੇ ਪਾਥਰ ਕੀਜੈ ਭਾਉ ਏਕੇ ਪਾਥਰ ਧਰੀਏ ਪਾਉ ਇਹ ਗੁਰਬਾਣੀ ਦੇ ਬਚਨ ਨੇ ਪੱਥਰ ਤੇ ਉਹੀ ਹੁੰਦਾ ਇੱਕ ਪੱਥਰ ਦੇ ਉੱਤੇ ਅਸੀਂ ਪੈਰ ਰੱਖਦੇ ਹਾਂ ਜਿਹੜਾ ਸੰਗੇ ਮਰਮਰ ਸਾਡੇ ਘਰਾਂ ਵਿੱਚ ਜਾਂ ਪੌੜੀਆਂ ਵਿੱਚ ਲੱਗਾ ਹੁੰਦਾ ਦੂਜੇ ਪੱਥਰ ਦੇ ਵਿੱਚੋਂ ਅਸੀਂ ਮੂਰਤੀ ਘੜ ਕੇ ਕਿਸੇ ਮੰਦਿਰ ਤੇ ਆਦਿਕ ਦੇ ਵਿੱਚ ਸਥਾਪਿਤ ਕਰ ਦਿੰਦੇ ਹਾਂ ਉਹਨੂੰ ਅਸੀਂ ਰੱਬ ਮੰਨ ਕੇ ਬੈਠ ਜਾਂਦੇ ਹਾਂ ਇਹ ਸਾਧ ਸੰਗਤ ਜੀ ਇੱਕ ਗਿਣੀ ਮਿਥੀ ਸਾਜਿਸ਼ ਦੇ ਤਹਿਤ ਭਗਤ ਧੰਨਾ ਜੀ ਦੇ ਜੀਵਨ ਦੇ ਨਾਲ ਇਹ ਗਾਥਾ ਜੋੜ ਦਿੱਤੀ ਗਈ ਸੀ ਇਹਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਵਾਸਤੇ ਭਗਤ ਧੰਨਾ ਜੱਟ ਇਹਦੇ ਉੱਤੇ ਇੱਕ ਮੂਵੀ ਵੀ ਬਣਾ ਦਿੱਤੀ ਗਈ ਸੀ ਤਾਂ ਕਿ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਫਿੱਟ ਹੋ ਜਾਵੇ ਪੱਕੀ ਹੋ ਜਾਵੇ ਕਿ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਦੀ ਪ੍ਰਾਪਤੀ ਕੀਤੀ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਉਲਟਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਪੈਸ਼ਲ ਲਿਖਿਆ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਭਗਤ ਧੰਨਾ ਜੀ ਨੇ ਕਿਵੇਂ ਰੱਬ ਦੀ ਪ੍ਰਾਪਤੀ ਕੀਤੀ ਸਾਧ ਸੰਗਤ ਕਰਕੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਵੱਡੇ ਭਗਤ ਜਾਂ ਜਿਹੜੇ ਉਹਨਾਂ ਦੇ ਸਮਕਾਲੀ ਭਗਤ ਸਨ ਉਹਨਾਂ ਦੀ ਸੰਗਤ ਕਰਕੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ ਨਾ ਉਹ ਸ਼ਬਦ ਨੂੰ ਖਾਸ ਤਵੱਜੋ ਦੇਣੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਪੈਸ਼ਲ ਭਗਤਾਂ ਦੀ ਬਾਣੀ ਦੇ ਵਿੱਚ ਸ਼ਬਦ ਲਿਖ ਦਿੱਤਾ ਵੈਸੇ ਥੋੜੇ ਕੀਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੁੰਦਾ ਨਹੀਂ ਜੇ ਗੁਰੂ ਸਾਹਿਬਾਂ ਦੀ ਬਾਣੀ ਹੈ ਤੇ ਉਹ ਅਲੱਗ ਲਿਖੀ ਹੋਈ ਹੈ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤਰੀਕੇ ਨਾਲ ਗੁਰਬਾਣੀ ਲਿਖੀ ਹੋਈ ਹੈ ਇਹਨੇ ਵੀ ਜਿੱਥੇ ਜਿਹੜਾ ਮਰਜ਼ੀ ਸ਼ਬਦ ਲਿਖ ਦਿੱਤਾ ਪਹਿਲਾਂ ਸ਼ਬਦ ਲਿਖੇ ਨੇ ਉਹਨਾਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਨਹੀਂ ਨੇ ਉਹਨਾਂ ਦੇ ਸਲੋਕ ਨੇ ਇਸ ਵਾਸਤੇ ਅਲੱਗ ਅਲੱਗ ਵਾਰਾਂ ਦੇ ਵਿੱਚ ਸੈੱਟ ਹੋਏ ਨੇ ਉਹਨਾਂ ਦੇ ਸ਼ਬਦ ਨਹੀਂ ਹਨ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਫਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ ਫਿਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਫਿਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਅਤੇ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਫਿਰ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਹੋ ਜਾਂਦੀ ਹੈ ਭਗਤਾਂ ਦੀ ਬਾਣੀ ਦੇ ਵਿੱਚ ਇੱਕ ਖਾਸ ਸ਼ਬਦ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਤਾਂ ਕਰਕੇ ਲਿਖ ਦਿੱਤਾ ਕਿ ਲੋਕਾਂ ਦੇ ਮਨਾਂ ਵਿੱਚ ਪਿਆ ਹੋਇਆ ਇਹ ਭੁਲੇਖਾ ਨਿਕਲ ਜਾਵੇ ਕਿ ਭਗਤ ਧੰਨਾ ਜੀ ਨੇ ਸ਼ਾਇਦ ਪੱਥਰ ਦੇ ਵਿੱਚੋਂ ਰੱਬ ਦੀ ਪ੍ਰਾਪਤੀ ਕਰ ਲਈ ਸੀ ਉਹ ਸ਼ਬਦ ਨੂੰ ਜ਼ਰੂਰ ਆਪ ਸੰਗਤਾਂ ਨੇ ਪੜ੍ਹਨਾ ਤੇ ਵਿਚਾਰਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ੀਪਰੋ ਹੋਇਓ ਲਾ ਖੀਣਾ ਉੱਥੇ ਸਾਰੇ ਭਗਤਾਂ ਦਾ ਜ਼ਿਕਰ ਕੀਤਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉੱਥੇ ਸਤਿਗੁਰੂ ਜੀ ਲਿਖਦੇ ਨੇ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਟ ਭਾਗਾ ਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਜਿਹੜੀ ਗੱਲ ਢੁਕਦੀ ਹੋਵੇ ਉਹ ਠੀਕ ਆ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪੂਰੀ ਨਹੀਂ ਉਤਰਦੀ ਉਹ ਠੀਕ ਨਹੀਂ ਜਿਵੇਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਅਨੇਕਾਂ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਵੀ ਕੁਝ ਅਧਿਆਏ ਛੱਡ ਜਾਂਦੇ ਹਾਂ ਜਿਹੜੇ ਸੰਗਤ ਵਿੱਚ ਨਹੀਂ ਸੁਣਾਉਣ ਵਾਲੇ ਹੁੰਦੇ ਜਾਂ ਜਿੱਥੇ ਕੋਈ ਗੁਰਮਤ ਦਾ ਸਿਧਾਂਤ ਸਪਸ਼ਟ ਕਰਨਾ ਹੋਵੇ ਉਹਨੂੰ ਸਪਸ਼ਟ ਕਰ ਦੇਈਦਾ ਇਸੇ ਤਰ੍ਹਾਂ ਇਸ ਕਵਿਤਾ ਦੇ ਵਿੱਚ
ਭਗਤ ਧੰਨਾ ਜੀ ਦਾ ਜ਼ਿਕਰ ਆਇਆ ਸੀ ਤਾਂ ਕਰਕੇ ਉਹਨਾਂ ਦੇ ਬਾਰੇ ਕੁਝ ਐਕਸਪਲੇਨ ਕਰਨਾ ਇਹ ਸਾਡਾ ਇੱਥੋਂ ਫਰਜ਼ ਬਣਦਾ। ਵੈਸੇ ਇਸ ਵਿਸ਼ੇ ਦੇ ਉੱਤੇ ਆਪ ਸੰਗਤਾਂ ਇੱਕ ਘੰਟਾ ਕਥਾ ਸਰਵਣ ਕਰ ਸਕਦੇ ਹੋ, ਗੁਰਬਾਣੀ ਦੇ ਪ੍ਰਮਾਣ ਦੇ ਦੇ ਕੇ ਗੱਲ ਸਿੱਧ ਕੀਤੀ ਹੋਈ ਹੈ। ਰਹੋ ਵਿਚਾਰ ਤਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਸਾਫ਼ ਹੋਣ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਮਿਲਦੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਅਨੇਕਾਂ ਰੰਗ ਨੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤੇ ਸੁਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਾਰੀਆਂ ਖੇਡਾਂ ਨੇ। ਵਾਹਿਗੁਰੂ ਜੀ ਨੇ ਇੰਨਾ ਵੱਡਾ ਆਕਾਸ਼ ਬਣਾਇਆ, ਧਰਤੀ ਬਣਾਈ, ਕੀ ਕੁਝ ਬਣਾਇਆ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਵਾਹਿਗੁਰੂ ਜੀ ਨੇ ਬੜਾ ਕੁਝ ਬਣਾਇਆ, ਉਹਨੂੰ ਵੇਖ ਕੇ ਅਸੀਂ ਹੈਰਾਨ ਹੋ ਜਾਂਦੇ, ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਪਟਾਈ। ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਗੁਰੂ ਜੀ ਤੁਸੀਂ ਵਾਹ, ਸਾਡੇ ਮੂੰਹ ਦੇ ਵਿੱਚੋਂ ਆਪ ਮੁਹਾਰੇ ਨਿਕਲਦਾ ਵਾਹ ਗੁਰੂ, ਗੁਰੂ ਜੀ ਤੁਸੀਂ ਵਾਹ, ਤੁਸੀਂ ਇੰਨੀਆਂ ਰਹਿਮਤਾਂ ਕੀਤੀਆਂ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੀ ਕੁਦਰਤ ਨੂੰ ਵੇਖ ਕੇ ਹੈਰਾਨ ਹਾਂ, ਮੈਂ ਆਪ ਜੀ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਵਾਰਨੇ ਜਾਂਦਾ, ਫੇਰਨੇ ਜਾਂਦਾ, ਘੋਲ ਘਮਾਉਂਦਾ। ਤੁਹਾਡੀ ਇਸ ਬਣਾਈ ਹੋਈ ਕਾਇਨਾਤ ਦਾ ਮੈਂ ਅੰਤ ਨਹੀਂ ਪਾ ਸਕਦਾ, ਜਿਹੜੀਆਂ ਤੁਸੀਂ ਮੇਰੇ ਤੇ ਰਹਿਮਤਾਂ ਕੀਤੀਆਂ ਉਹਨਾਂ ਨੂੰ ਮੈਂ ਗਿਣ ਨਹੀਂ ਸਕਦਾ, ਤੇ ਜੋ ਕੁਝ ਤੁਸੀਂ ਸੰਸਾਰ ਵਿੱਚ ਕਰ ਰਹੇ ਹੋ, ਜਦੋਂ ਮੈਂ ਉਹਨਾਂ ਕੌਤਕਾਂ ਨੂੰ ਵੇਖਦਾ, ਉਹਨਾਂ ਨੂੰ ਵੇਖ ਕੇ ਵੀ ਮੈਂ ਹੈਰਾਨ ਹੋ ਜਾਂਦਾ। ਇਹਨਾਂ ਵਿਚਾਰਾਂ ਦੇ ਨਾਲ ਸੰਬੰਧਤ ਸਾਧ ਸੰਗਤ ਜੀ ਦੂਸਰੀ ਕਵਿਤਾ ਹੈ ਉਸਨੂੰ ਸਰਵਣ ਕਰਕੇ, ਦੂਸਰੀ ਅਤੇ ਆਖਰੀ ਕਵਿਤਾ ਹੈ, ਫਿਰ ਆਪਾਂ ਸਮਾਪਤੀ ਕਰਾਂਗੇ। ਆਓ ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗਾਂ ਦਾ, ਪਰਮੇਸ਼ਰ ਦੀ ਕੁਦਰਤ ਦਾ ਇਸ ਦੁਨੀਆਂ ਵਿੱਚ ਆਲੇ ਦੁਆਲੇ ਜੇ ਨਜ਼ਰ ਮਾਰੀਏ ਤੇ ਕੀ ਕੁਝ ਹੋ ਰਿਹਾ। ਸਾਡੇ ਕੋਲ ਸਮਾਂ ਨਹੀਂ, ਨੋ ਟਾਈਮ ਟੂ ਸੀ ਐਂਡ ਸਟੇਅਰ, ਲਾਈਫ ਇਜ਼ ਏ ਫੁੱਲ ਆਫ ਕੇਅਰ। ਸਾਡੀ ਜ਼ਿੰਦਗੀ ਚਿੰਤਾਵਾਂ ਪਰੇਸ਼ਾਨੀਆਂ ਦੇ ਨਾਲ ਭਰੀ ਹੋਈ ਹੈ, ਸਾਡੇ ਕੋਲ ਇੰਨਾ ਸਮਾਂ ਨਹੀਂ ਅਸੀਂ ਇੱਕ ਥਾਂ ਦੇ ਉੱਤੇ ਖੜ ਕੇ ਖਲੋ ਕੇ ਆਪਣੇ ਆਲੇ ਦੁਆਲੇ ਨਜ਼ਰ ਮਾਰ ਸਕੀਏ ਕਿ ਦੁਨੀਆਂ ਦੇ ਵਿੱਚ ਕੀ ਕੁਝ ਹੋ ਰਿਹਾ, ਕੀ ਕੁਝ ਹੋ ਰਿਹਾ। ਗੁਰਮੁਖਾਂ ਪਿਆਰਿਆਂ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਬਿਆਨ ਕੀਤਾ ਹੈ। ਇੱਕ ਦਿਹਾੜੇ ਸਤਿਗੁਰ ਪਾਸੋਂ ਤੇ ਪ੍ਰੇਮ ਸਰਾਹੀ ਪੀਤੀ, ਭਾਗ ਅਸਾਂ ਦੇ ਲਿਖੀ ਫਕੀਰ, ਸੋ ਮਸਤਕ ਧਰ ਲੀਤੀ। ਪਿਛਲਾ ਜਨਮ ਅਕਾਰ ਚ ਖੋਇਆ, ਹਰ ਕੀ ਭਗਤ ਨਾ ਕੀਤੀ, ਅੱਗੇ ਸਮਝ ਚਲੋ ਨੰਦ ਲਾਲਾ, ਅੱਛੇ ਜੋ ਬੀਤੀ ਸੋ ਬੀਤੀ। ਮੇਰਾ ਸਿਰ ਝੁਕਦਾ ਦਾਤਾ ਤੇਰੀ ਖੁਦਾਈ ਨੂੰ, ਬੀਤ ਗਏ ਜੁਗ ਅਨੇਕਾਂ ਦੁਨੀਆਂ ਬਣਾਈ ਨੂੰ, ਕਰਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ। ਧਰਤੀ ਆਕਾਸ਼ ਖਲਾਰੇ ਵੇਖਿਆ ਬਿਨ ਥੰਮਾ ਤੋਂ, ਮੈਂ ਤਾਂ ਹੈਰਾਨ ਦਾਤਿਆ ਤੇਰਿਆ ਰੰਗਾਂ ਤੋਂ, ਮੈਂ ਤਾਂ ਹੈਰਾਨ ਦਾਤਿਆ। ਕੈਸੇ ਟੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ, ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ, ਤੇਰਾ ਦੱਸ ਲੇਖਾ ਕਿਵੇਂ ਸਕਦਾ ਉਤਾਰ ਮੈਂ, ਦੁਨੀਆਂ ਬਣਾਉਣ ਵਾਲਿਆ ਤੇਥੋਂ ਬਲਿਹਾਰ ਮੈਂ, ਦੁਨੀਆਂ ਬਣਾਉਣ ਵਾਲਿਆ ਸੰਸਾਰ ਤੂੰ। ਹਰ ਇੱਕ ਦੀ ਵੱਖੋ ਵੱਖਰੀ ਘੜਦਾ ਨੁਹਾਰ ਤੂੰ, ਲੱਤਾਂ ਬੇਗਿਣਤ ਲਾਤੀਆਂ
ਕੀੜੇ ਘੁਮਿਆਰ ਨੂੰ ਤੁਰਦੇ ਕਈ ਜੀਵ ਵਿਚਾਰੇ ਵੇਖਿਆ ਬਿਨ ਟੰਕੇ। ਸਾਧ ਸੰਗਤ ਜੀ ਕੰਪੈਰੇ ਜਾਣੇ ਇੱਕ ਪਾਸੇ ਦੱਸ ਰਿਹਾ ਵੀ ਇੱਕ ਕੀੜਾ ਹੁੰਦਾ ਉਹਨੂੰ ਘੁਮਿਆਰ ਕੀੜਾ ਕਹਿੰਦੇ ਨੇ, ਉਹਦੀਆਂ ਅਣਗਿਣਤੀ ਲੱਤਾਂ ਲੱਗੀਆਂ ਹੁੰਦੀਆਂ, ਉਹ ਕਿਵੇਂ ਚੱਲਦਾ ਅਸੀਂ ਦੇਖਿਆ। ਉਹਦੇ ਉਹ ਜੇ ਦੂਸਰੇ ਪਾਸੇ ਵੇਖਦੇ ਹਾਂ ਕਈ ਜੀਵ ਵਾਹਿਗੁਰੂ ਜੀ ਨੇ ਐਸੇ ਬਣਾਏ ਉਹਨਾਂ ਨੂੰ ਲੱਤਾਂ ਹੀ ਨਹੀਂ ਲਾਈਆਂ, ਇਹ ਵਾਹਿਗੁਰੂ ਜੀ ਦੇ ਰੰਗ ਨੇ। ਕਿੱਥੇ ਦੱਸ ਬਹਿ ਕੇ ਦਾਤਾ ਘੜਿਆ ਸੰਸਾਰ ਤੂੰ, ਹਰ ਇੱਕ ਦੀ ਵੱਖੋ ਵੱਖਰੀ ਘੜਦਾ ਨੁਹਾਰ ਨੂੰ, ਲੱਤਾਂ ਬੇਗਿਣਤ ਲਾਤੀਆਂ ਕੀੜੇ ਘੁਮਿਆਰ ਨੂੰ, ਤੁਰਦੇ ਕਈ ਜੀਵ ਵਿਚਾਰੇ ਵੇਖਿਆ ਬਿਨ ਟੰਗਾ ਤੋਂ, ਮੈਂ ਤਾਂ ਬਲਿਹਾਰ ਦਾਤਿਆ ਤੇਰਿਆ ਰੰਗਾ ਤੋਂ, ਮੈਂ ਤਾਂ ਹੈਰਾਨ ਦਾਤਿਆ ਕਿਸੇ ਮੈਂ ਖੜਦਾ ਕਿੱਥੇ, ਜੂਨਾ 84 ਦੇ ਪਿੱਛੇ ਤੂੰ ਮੌਤ ਖਿਲਾਰੀ ਦੁਨੀਆਂ ਦੀ ਝਾਕੀ ਦੇ, ਨਿੱਕੀ ਜੇ ਕੀੜੀ ਤੇਰੀ ਲੜ ਜੇ ਜੇ ਹਾਥੀ ਦੇ, ਚੱਲਦਾ ਨਾ ਜੋਰ ਕੋਈ ਫਿਰ ਵੇਖਿਆ ਵਿਚਾਰ ਮੈਂ ਦੁਨੀਆਂ ਬਣਾਉਣ ਵਾਲਿਆ ਇੱਥੋਂ ਬਲਿਹਾਰ ਮੈਂ ਦੁਨੀਆਂ ਬਣਾਉਣ ਵਾਲਿਆ ਮੰਨ ਗਿਆ ਹਾਂ ਮੈਂ ਤਾਂ ਤੇਰੀਆਂ ਦਾਤਾ ਤਰਤੀਬਾਂ ਨੂੰ, ਆਪੇ ਅਮੀਰ ਬਣਾਵੇ ਆਪੇ ਗਰੀਬਾਂ ਨੂੰ, ਸਭਨਾ ਦੇ ਵੱਖੋ ਵੱਖਰੇ ਲਿਖਦਾ ਨਸੀਬਾਂ ਨੂੰ, ਗਲੀਆਂ ਵਿੱਚ ਰੁਲਦੇ ਵੇਖੇ ਸੋਹਣੇ ਵੱਧ ਚੰਦਾ ਤੋਂ, ਮੈਂ ਤਾਂ ਹੈਰਾਨ ਦਾਤਿਆ ਤੇਰਿਆ ਰੰਗਾ ਤੋਂ, ਮੈਂ ਤਾਂ ਹੈਰਾਨ ਦਾਤਿਆ ਕਈਆਂ ਨੂੰ ਸੂਰਤ ਦਿੱਤੀ ਸੋਹਣੀ ਵੱਧ ਫੁੱਲਾਂ ਤੂੰ, ਦੁੱਧ ਚਿੱਟੇ ਦੰਦ ਕਈਆਂ ਦੇ ਨਰਮੇ ਦਿਆ ਬੁੱਲਾਂ ਤੂੰ, ਕਈਆਂ ਨੂੰ ਕੋਝੇ ਕਢਿਆ ਡਾਢੀ ਦਿਆ ਬੁੱਲਾਂ ਤੂੰ, ਹੁੰਦਾ ਦੰਗ ਵੇਖ ਵੇਖ ਕੇ ਐਸੇ ਨੁਮਾਰ ਮੈਂ ਦੁਨੀਆਂ ਬਣਾਉਣ ਵਾਲਿਆ ਇੱਥੋਂ ਬਲਿਹਾਰ ਮੈਂ ਦੁਨੀਆਂ ਬਣਾਉਣ ਵਾਲਿਆ ਕਈਆਂ ਨੂੰ ਦੇਹੀ ਦੇਵੇਂ ਸੁੰਦਰ ਨਿਰੋਗ ਤੂੰ, ਕਈਆਂ ਨੂੰ ਲਾਇਆ ਦਾਤਾ ਘੋੜ ਦਾ ਰੋਗ ਤੂੰ, ਕਈਆਂ ਦੀ ਵਿੱਚ ਕਿਸਮਤ ਦੇ ਲਿਖਦਾ ਵਿਜੋਗ ਤੂੰ, ਪ੍ਰੀਤਮ ਤੋਂ ਵਿਛੜ ਤੁਰ ਗਏ ਰਾਂਝੇ ਜਿਉ ਚੰਗਾ ਤੋਂ, ਮੈਂ ਤਾਂ ਹੈਰਾਨ ਦਾਤਿਆ ਤੇਰਿਆ ਰੰਗਾ ਤੋਂ, ਮੈਂ ਤਾਂ ਹੈਰਾਨ ਦਾਤਿਆ ਹੋ ਜੇ ਤੂੰ ਦਿਲਦਾਰ ਪਿਆਰਾ ਉਹਦਾ ਕਿਉਂ ਰੱਖਦਾ ਤੂੰ, ਆਇੰਦਾ ਹੈ ਕਿੱਥੇ ਆਪਣੇ ਪੇਤ ਨਹੀਂ ਦੱਸਦਾ ਤੂੰ, ਬਾਬੇ ਦੀ ਬਾਣੀ ਕਹਿੰਦੀ ਘੱਟ ਘੱਟ ਵਿੱਚ ਵਸਦਾ ਤੂੰ, ਥੱਕ ਗਿਆ ਨਾ ਢੂੰਡ ਢੂੰਡ ਕੇ ਸਾਰਾ ਸੰਸਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲਿਹਾਰ ਮੈਂ ਦੁਨੀਆਂ ਬਣਾਉਣ ਵਾਲਿਆ ਰਹਿੰਦਾ ਨਿਤ ਰੰਗ ਬਰੰਗੇ ਘੜਦਾ ਕਲ ਬੂਤਾਂ ਨੂੰ, ਚਿੱਤਰ ਤੇ ਗੁਪਤ ਸੁਣੀ ਦੇ ਲਿਖਦੇ ਕਰਤੂਤਾਂ ਨੂੰ, ਕੱਢਣ ਲਈ ਜਾਨ ਬੰਦੇ ਦੀ ਭੇਜੇ ਜਮ ਦੂਤਾਂ ਨੂੰ, ਡਰਦਾ ਦਿਲ ਤਾਈਓ ਤੇਰੇ ਕਰੜੇ ਪ੍ਰਬੰਧਾਂ ਤੋਂ, ਮੈਂ ਤਾਂ ਹੈਰਾਨ ਦਾਤਿਆ ਤੇਰਿਆ ਰੰਗਾ ਤੋਂ, ਮੈਂ ਤਾਂ ਹੈਰਾਨ ਦਾਤਿਆ ਕਈਆਂ ਦੀ ਕਿਸਮਤ ਵਿੱਚ ਤੂੰ ਲਿਖ ਕੇ ਤੇਰਾ ਰਾਜ ਤੂੰ, ਬਾਤ ਕੰਗਾਲਾਂ ਤੋਂ ਵੀ
ਦਾ ਬਰਬਾਦ ਤੂੰ ਜਿੰਦਾ ਦਲੀਪ ਵਿਚਾਰੇ ਕੀਤੇ ਬਰਬਾਦ ਤੂੰ ਕਹਿੰਦਾ ਜਰਨੈਲ ਕਵੀ ਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨੀਆਂ ਬਣਾਉਣ ਵਾਲਿਆ ਇੱਥੋਂ ਬਲਿਹਾਰ ਮੈਂ ਦੁਨੀਆਂ ਬਣਾਉਣ ਵਾਲਿਆ ਰਹਿੰਦਾ ਨਿਤ ਰੰਗ ਬਰੰਗੇ ਘੜਦਾ ਕਲ ਬੂਤਾਂ ਨੂੰ ਚਿੱਤਰ ਤੇ ਗੁਪਤ ਸੁਣੀ ਦੇ ਲਿਖਦੇ ਕਰਤੂਤਾਂ ਨੂੰ ਕੱਢਣ ਲਈ ਜਾਨ ਬੰਦੇ ਦੀ ਭੇਜੇ ਜਮ ਦੂਤਾਂ ਨੂੰ ਡਰਦਾ ਦਿਲ ਤਾਈਓ ਤੇਰੇ ਕਰੜੇ ਪ੍ਰਬੰਧਾਂ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆ ਰੰਗਾਂ ਤੋਂ ਮੈਂ ਤਾਂ ਬਲਿਹਾਰ ਦਾਤਿਆ ਗੁਰੂ ਪਿਆਰੀ ਸਾਧ ਸੰਗਤ ਜੀ ਐਸੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕੱਲ ਨੂੰ ਆਪਾਂ ਸਾਧ ਸੰਗਤ ਜੀ ਇੱਕ ਮੇਘ ਵਰਨ ਛੰਦ ਪੜ੍ਹਨਾ ਹੈ।